परिवार के किसी मैंबर नूं राशन ना मिले, खाण नूं रोटी ना मिले बच्चियां नूं, ते परिवारिक मैंबरां दे उत्ते या फिर जिहड़ा कमाण वाला उहदे उत्ते की असर पैंदा होएगा, उह तुसीं खुद ही जाणदे आ किसी नूं राशन ना मिले ते। पर इत्थे मामला कुछ होर है कि नशा नहीं मिलिया ते नशा ना मिलण दे करके नौजवानां वल्लों किसी दे घर जाके हमला कर दिता गया। सारा मामला असीं तुहानूं जरूर तुहाडे नाल सांझा करांगे। पहले आ लड़की तुहानूं दिखा दिंदे कि लड़की दी लत्त उत्ते गोली वज्जी आ ते कुछ नशेरी इन्हां दे घर पहुंचे सन जिन्हां ने झूठी एक कहानी बनाई ते इस लड़की नूं किसे ना किसे तरीके दे नाल ते इहदे भरा नूं ले जाण दी कोशिश कीती गई सी। किहा गया सी कि असीं पुलिस वाले आ ते तुहाडे ते इल्जाम है कि तुसीं हैरोइन वेचदे हो, ते जदों मौके दे उत्ते पता लग गया ते इलाका निवासियां ने जदों रोकण दी कोशिश कीती ते उहनां नौजवानां वल्लों जिहड़े कि इहनां दे घर दे विच आए सी उहनां वल्लों गोली चला दित्ती गई ते गोली इस भैण दे लगी। लत्त तुसीं देख सकते जे कि जख्मी होई पई आ। पुलिस अधिकारी इस वेले इत्थे पहुंचे हुए ने जिहड़े कि जांच करदे पए ने। इस भैण दे नाल गल्लबात कर लैणे आ। की नाम तुहाडा जी? हां जी, मेरा नाम बलविंदर कौर। किहड़े इलाके दे रहिण वाले हो? बिलीगर मुस्ताबाद पटारो। की होया की सी, सारा विस्तार च दस्सो। ਪਹਿਲਾਂ ਉਹ ਮਤਲਬ ਸਾਡੇ ਘਰੇ ਆਏ ਸੀ, ਤਿੰਨ ਜਾਣੇ ਸੀ ਤੇ ਮੇਰੇ ਭਰਾ ਨਾਲ ਝਗੜਦੇ ਪਏ ਸੀ ਤੇ ਮੇਰੇ ਭਰਾ ਨੂੰ ਕਹਿੰਦੇ ਪਏ ਵੀ ਤੇਰੀ ਭੈਣ ਸੀਏ ਸਟਾਫ ਬੈਠੀ ਹੋਈ ਆ, ਠੀਕ ਹੈ। ਤੇ ਉਸ ਤੋਂ ਬਾਅਦ ਮੈਂ ਆ ਗਈ ਹਾਂ ਤੇ ਮੇਰਾ ਭਰਾ ਕਹਿੰਦਾ ਮੇਰੀ ਭੈਣ ਤੇ ਉਹ ਆ ਗਈ ਆ, ਠੀਕ ਹੈ। ਮੈਨੂੰ ਵੇਖ ਕੇ ਤੇ ਉਹ ਨੱਠਣ ਲੱਗੇ ਸੀ ਤੇ ਮੈਂ ਉਹਨਾਂ ਨੂੰ ਫੜਿਆ ਤੇ ਉਹਨਾਂ ਨੇ ਮੇਰੇ ਤੇ ਗੋਲੀਆਂ ਚਲਾ ਦਿੱਤੀਆਂ। ਕਿੰਨੇ ਜਾਣੇ ਆਏ ਸੀ? ਤਿੰਨ ਜਾਣੇ ਸੀ। ਕੋਈ ਪਹਿਚਾਣ ਉਹਨਾਂ ਦੀ? ਪਹਿਚਾਣ ਚ ਤੇ ਫਿਲਹਾਲ ਨਹੀਂ ਗਏ ਹੈਗੇ। ਕਹਿੰਦੇ ਵੀ ਉਹਨਾਂ ਦੀ ਬਾਈਕ ਦੇ ਉੱਤੇ ਵੀ ਪੁਲਿਸ ਦਾ ਸਟicker ਲੱਗਾ ਸੀ ਤੇ ਉਹਨਾਂ ਵੱਲੋਂ ਆ ਕੇ ਇਹ ਵੀ ਕਿਹਾ ਗਿਆ ਸੀ ਕਿ ਅਸੀਂ ਪੁਲਿਸ ਵਾਲੇ ਕੋਈ ਇਸ ਤਰ੍ਹਾਂ ਦੀ ਗੱਲ। ਹਾਂਜੀ ਹਾਂਜੀ, ਕਹਿੰਦੇ ਵੀ ਅਸੀਂ ਸੀਆ ਸਟਾਫ ਆਏ ਆ, ਬਾਈਕ ਤੇ ਲੱਗਾ ਹੋਇਆ ਹੈ ਸਟicker। ਹਾਂ ਹਾਂਜੀ, ਤੇ ਪੁਲਿਸ ਵਾਲੇ ਕੀ ਕਹਿੰਦੇ ਵੀ ਸੀ? ਹਾਂਜੀ ਕਹਿੰਦੇ ਸੀਆ ਸਟਾਫ ਤੋਂ ਆਏ ਹੋਏ ਆ ਤੇ ਤੁਹਾਡੀ ਨਾ ਬੇਟੀ ਆਂਦੀ ਉੱਥੇ ਵਾਲੀ ਹੋਈ ਹੈ ਤੇ ਮੇਰੇ ਭਰਾ ਨੂੰ ਖੜਦੇ ਸਪੇ ਸੀ ਬਾ ਕੇ ਜੀ, ਤੂੰ ਸਾਡੇ ਨਾਲ ਚੱਲ ਤੇ ਜਦੋਂ ਮੇਰੇ ਭਰਾ ਨੇ ਮੈਨੂੰ ਦੇਖ ਲਿਆ ਤੇ ਮੇਰਾ ਭਰਾ ਉੱਥੇ ਜਗਦਮ ਖਲੋ ਗਿਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੇ ਫਾਇਲ ਕਰਨੇ ਚਾਲੂ ਚਲਾਇਆ ਤੇ ਰੋੜਾ ਵੱਟਾ ਚ ਲੱਗਾ ਵੀ ਤੇ ਉਹ ਮਤਲਬ ਜਿਹੜੇ ਸਾਰੇ ਮੇਰੇ ਦਵਾਲੇ ਹੋ ਗਏ ਪਾਣੀ ਦੀ ਗੋਲੀ ਲੱਗੀ ਇਹਨਾਂ ਮੇਰੀ। ਹਾਂਜੀ, ਤੇ ਕੋਈ ਰੰਜਿਸ਼ ਸੀ ਪੁਰਾਣੀ ਜਾਂ ਕੁਝ ਇਸ ਤਰ੍ਹਾਂ ਦੀ ਕੋਈ ਗੱਲ? ਨਹੀਂ ਨਹੀਂ, ਰੰਜਿਸ਼ ਕੋਈ ਨਹੀਂ ਸੀ। ਕੋਈ ਜਾਣ ਪਛਾਣ ਨਾ ਹੋਵੇ? ਕੋਈ ਜਾਣ ਪਛਾਣ ਨਹੀਂ ਸੀ ਮੇਰੀ ਉਹਨਾਂ ਨਾਲ, ਨਾ ਕੋਈ ਵੈਰ ਨਾ ਕੋਈ ਵਿਰੋਧ। ਹੁਣ ਉਸ ਤੋਂ ਬਾਅਦ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ? ਹਾਂਜੀ, ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? ਹੁਣ ਤੇ ਗਾੜੀ ਉਹ ਹੜੇ ਗਏ, ਹੁਣ ਵੇਖੋ ਕੀ ਦੱਸਦੇ ਪਏ ਕੀ ਉਹਨਾਂ ਨੇ ਸਾਡੀ ਰੰਜਿਸ਼ ਸੀ ਕੀ ਸ਼ਿਕਾਰ ਹੋਏ ਗਏ। ਅਧਿਕਾਰੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਵੀ ਕੁਝ ਰਾਬਤਾ ਕਾਇਮ ਕਰਦੇ ਆ। ਸਰ, ਅਸਲ ਮਾਮਲਾ ਹੋਇਆ ਕੀ, ਥੋੜਾ ਇਹਨਾਂ ਸਮਝਾਓ। ਦੇਖੋ ਜੀ, ਇਹਨੇ ਲੜਕੀ ਦੇ ਫਾਦਰ ਨੇ ਕੁਲਵੰਤ ਸਿੰਘ, ਇਹਨਾਂ ਨੇ ਸਾਨੂੰ ਸਟੇਟਮੈਂਟ ਦਿੱਤੀ 27 ਤਰੀਕ ਨੂੰ ਕਿ ਤਿੰਨ ਲੜਕੇ ਜਿਹੜੇ ਸੀ ਉਹਨਾਂ ਦੇ ਘਰ ਆਏ, ਉਹਨਾਂ ਨੇ ਆ ਕੇ ਇਹਨੂੰ ਦੱਸਿਆ ਵੀ ਅਸੀਂ CIS ਸਟਾਫ ਤੋਂ ਆਏ ਹਾਂ ਅਤੇ ਉਹਨਾਂ ਦੀ ਲੜਕੀ ਕੋਈ ਇਹਨੂੰ ਫੜਿਆ ਹੋਇਆ ਹਰੁਣ ਦੇ ਕੇਸ 'ਚ, ਕਿਸ ਨਸ਼ੇ ਦੇ ਕੇਸ 'ਚ, ਅਤੇ ਤੂੰ ਵੀ ਨਸ਼ੇ ਦਾ ਕੰਮ ਕਰਦਾ ਸਾਡੇ ਨਾਲ ਚੱਲ। ਉਹ ਤੋਂ ਬਾਅਦ ਜਦੋਂ ਉਹਦੇ ਪਰਿਵਾਰ ਵਾਲਿਆਂ ਨੂੰ ਕੋਈ ਸ਼ੱਕ ਪਿਆ ਵੀ ਇਹ ਗਲਤ ਕੰਮ ਬੰਦੇ ਲੱਗਦੇ ਨੇ ਕੁਛ ਵੀ ਹੈ, ਅਤੇ ਉਹਨਾਂ ਨੇ ਇਹਨਾਂ ਦੀ ਵਿਰੋਧਤਾ ਕੀਤੀ, ਤੁਹਾਨੂੰ ਜਾਣ ਨਹੀਂ ਦਿੱਤਾ ਨਾਲ, ਅਤੇ ਇਨ ਬਿਟਵੀਨ ਹੀ ਉਹ ਜਿਹੜੀ ਲੜਕੀ ਆ ਉਹ ਵੀ ਉੱਥੇ ਮੌਕੇ 'ਤੇ ਆ ਗਈ ਅਤੇ ਉਹਨਾਂ ਨੂੰ ਹੋਰ ਯਕੀਨ ਹੋ ਗਿਆ ਵੀ ਇਹ ਸਾਡੇ ਨਾਲ ਕੋਈ ਗਲਤ ਬੰਦੇ ਹੈਗੇ ਨੇ। ਫਿਰ ਉੱਥੇ ਇਹਨਾਂ ਦੀ ਮਜ਼ਾਮਤ ਹੋਈ, ਉਹਨਾਂ ਨੇ ਆਪਣੇ ਆਪ ਦਾ ਖਹਿੜਾ ਚੜਾਉਣ ਵਾਸਤੇ ਜੋ ਵੀ ਉਹਨੇ ਹਵਾਈ ਕਰ ਕੀਤੇ ਪਹਿਲਾਂ, ਉਸ ਤੋਂ ਬਾਅਦ ਫਿਰ ਉਹ ਲੜਕੇ ਨੂੰ ਇਹਦਾ ਲੜਕੀ ਦਾ ਭਰਾ ਰਾਣਾ, ਰਾਣਾ ਉਹਦਾ ਅਮਨਦੀਪ ਸਿੰਘ ਨਾਂ ਹੈਗਾ ਰਾਣਾ, ਉਹਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਸੀ ਅਤੇ ਲੜਕੀ ਨੇ ਫਿਰ ਉਹਨਾਂ ਦੇ ਨਾਲ ਪੂਰੀ ਉਹ ਉਹਨੂੰ ਰੋਕਿਆ ਉੱਥੋਂ, ਜੋ ਰੋਕਣ ਲੱਗੇ ਤਾਂ ਫਿਰ ਉਹਨੇ ਆਪਣਾ ਵੇਖਿਆ ਵੀ ਇਹ ਸਾਡੇ 'ਤੇ ਹੈਵੀ ਹੋ ਗਏ ਨੇ, ਅਤੇ ਉਹਦੀ ਲੱਤ 'ਚ ਗੋਲੀ ਮਾਰ ਕੇ ਫਰਾਰ ਹੋ ਗਿਆ। ਕਿਹਾ ਜਾ ਰਿਹਾ ਕਿ ਉਹ ਨਸ਼ਾ ਕਰਦੇ ਸੀ, ਨਸ਼ੇ ਦੇ ਆਦੀ ਸੀ, ਜਿਸ ਤਰ੍ਹਾਂ ਇਲਾਕਾ ਨਿਵਾਸੀ ਨੇ ਜਿਸ ਤਰ੍ਹਾਂ ਕਿਹਾ, ਉਹਦੇ ਬਾਰੇ ਥੋੜ੍ਹੀ ਜਾਣੂ ਕਰਾਓ ਕਿ ਉਹ ਨਸ਼ਾ ਕਰਨ ਵਾਸਤੇ ਇਸ ਤਰ੍ਹਾਂ ਦਾ ਸਾਰਾ ਉਹਨਾਂ ਨੇ ਪਤਾ ਕੀਤਾ? ਇਹੋ ਜੀ, ਸਾਡੇ ਸਾਹਮਣੇ ਉਹਨਾਂ ਵੱਲੋਂ ਕੋਈ ਗੱਲ ਸਾਹਮਣੇ ਨਹੀਂ ਆਈ, ਮੇਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਬਟ ਉਹ ਜਿਹੜਾ ਉਹਨਾਂ 'ਚ ਇੱਕ ਬੰਦਾ ਹੀ ਰਾਊਂਡ ਅਪ ਕੀਤਾ ਵਾ, ਉਹਦਾ ਨਾਂ ਹੈਗਾ ਵਾ ਵਿਕਰਮਜੀਤ ਸਿੰਘ ਜੀ, ਉਹ ਬੰਦਾ ਹੀ ਰਾਊਂਡ ਅਪ ਕੀਤਾ ਵਾ, ਜਿਹੜੇ ਮੋਟਰਸਾਈਕਲ 'ਤੇ ਮੋਟਰਸਾਈਕਲ ਵੀ ਰਿਕਵਰ ਕਰ ਲਿਆ, ਉਹਦੀ ਇੰਟੈਰੋਗੇਸ਼ਨ 'ਚ ਇਹ ਗੱਲ ਆਈ ਹੈ ਕਿ ਉਹ ਨਸ਼ਾ ਨੁਸ਼ਾ ਕਰਨ ਦੇ ਆਦੀ ਨੇ, ਬਾਕੀ ਦੀ ਤਫਤੀਸ਼ ਚੱਲ ਰਹੀ ਹੈ ਸਰ। ਪੁਲਿਸ ਦਾ ਕਿਹਾ ਜਾ ਰਿਹਾ ਕਿ ਅਸੀਂ CIS ਸਟਾਫ ਤੋਂ ਆਏ ਹਾਂ, ਇਹਨਾਂ ਨੂੰ ਜਿਹੜਾ ਡਰ ਪਾਏਗਾ ਅਤੇ ਇਲਾਕਾ ਨਿਵਾਸੀ ਵੀ ਉਹਨੂੰ ਦੇਖਦੇ ਹੋਏ ਪਿੱਛੇ ਹੋ ਗਏ ਹੋਣੇ ਪਹਿਲਾਂ, ਇਸ ਤਰ੍ਹਾਂ ਦੀ ਕੋਈ ਗੱਲ? ਉਹਨਾਂ ਨੇ ਆਪਣੇ ਆਪ ਨੂੰ ਕੋਈ ਨਸ਼ਈ ਹੈਗੇ ਨੇ ਕਿਸ ਤਰ੍ਹਾਂ ਦੇ ਇਹੋ ਜਿਹੇ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪੁਲਿਸ ਦਾ ਕੋਈ ਨਾਂ ਲੈ ਕਰਨ ਦੀ, ਪਰ ਉਹ ਪੁਲਿਸ ਵਾਲੇ ਕੁਛ ਇਹੋ ਜਿਹੀ ਗੱਲ ਨਹੀਂ ਹੈਗੀ। ਸੋ ਦੇਖ ਸਕਦੇ ਜੇ ਕਿ ਹਾਲਾਤ ਇਸ ਭੈਣ ਦੇ ਕੀ ਬਣੇ ਹੋਏ ਨੇ, ਕਿ ਇੱਕ ਗੋਲੀ ਜਿਹੜੀ ਹੈ ਇਹਦੀ ਲੱਤ ਉੱਤੇ ਲੱਗੀ ਆ। ਬੜੀ ਹੈਰਾਨੀ ਵਾਲਾ ਗੱਲ ਹੈ ਕਿ ਕਿਸ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਲੋਕ ਜਿਹੜੇ ਨੇ ਠੱਗੀਆਂ ਮਾਰਦੇ ਨੇ, ਹੈਰਾਨ ਕਰ ਦੇਣ ਵਾਲੇ ਮਾਮਲੇ ਜਿਹੜੇ ਨੇ ਆਏ ਦਿਨ ਹੀ ਕਿਤੇ ਨਾ ਕਿਤੇ ਅੰਮ੍ਰਿਤਸਰ ਦੇ ਵਿੱਚ ਸਾਹਮਣੇ ਆਉਂਦੇ ਨੇ, ਅਤੇ ਅੱਜ ਵੀ ਜਿਹੜਾ ਮਾਮਲਾ ਸਾਹਮਣੇ ਆਇਆ ਉੱਥੋਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਨੇ। ਪੂਰੀ ਜਾਂਚ ਜਿਹੜੀ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਆ,
अधिकारी जिहड़े उच्च अधिकारी जिहड़े कि पूरी तरीके दे नाल जांच करदे उहनां दे नाल भी कोशिश करांगे क्योंकि अधिकारियों नाल गल ते असीं कर लईती है पर जिहड़े उच्च अधिकारी उह प्रैस कॉन्फ्रेंस भी करनगे उहनां दे नाल भी असीं राबता कायम करांगे कि आखिर जांच कित्थों तक अमल च लिआंदी गई ते होर किड्डा वड्डा ग्रुप है जिहड़ा कि इस तरह दे काम करदा जिहड़ा बेखौफ हो के किसे दे वी घर चले जांदे ने ते उहनां दे उत्ते हमला कर दिंदे ने। सो पुलिस दा स्टिकर ते असली है पर मोटरसाइकल चोरी दा लगदा है क्योंकि जिस तरीके दे नाल यह जिहड़ा नौजवान उन्हां दे घर पहुंचा सी दो नौजवान नाल लैके लड़की ते गोली मार दित्ती गई है। आखिर इन्ने हौसले किस तरह जिहड़े आ पैदा हो जांदे ने यह हैरानी वाली गल है। प्रशासन अपना काम जिहड़ा लगातार कर रहा है, प्रशासन वल्लों इस नौजवान नूं एक नूं काबू कर लिता गया, जिहड़े दो नौजवान ने वह कदों तक काबू आ जाणगे? सर दो नौजवान हजे पुलिस की गिरफ्त दूर ने, कदों तक काबू आ जाएगा? उन्होंने जल्दी गिरफ्तार कर लिया जाएगा, बहुत लागे पहुंच गए असीं उन्होंने, जल्दी तो जल्दी उन्होंने गिरफ्तार कर लिया जाएगा। सर सवाल है कि हौसले कितों वधदे जा रहे हैं लॉकडाउन के इस तरह बाहर निकलना किसी के घर चल जाना उसे गोली चला देनी बड़ी तगड़ी गल, हौसले कितने वधदे पे? देखो जी ने क्रिमिनल लोग है नशा करने आदि ने, कोई ना कोई अपना माइंड अप्लाई कर लेंगे ने पुलिस तो कितने ना कि अख बचा के यो जी वारदा फिर भी फड़े जाते हैं जल्दी इन्होंने कुछ घंटा ही ट्रेस करके अरेस्ट कर ले गया। गड्डी का पता लगा कि गड्डी चोरी दी है या नहीं? गड्डी वेरीफाई की है, गड्डी सही है ये फादर के नाते। पुलिस का स्टीकर कोई ये परिवारिक मैंबर पुलिस वाला वा या फिर इस तरह स्टीकर लगाया? ये तो फादर पुलिस डिपार्टमेंट के ने पी ए पी मोटरसाइकिल उन्होंने नाते मोटरसाइकिल। सो देख सकते जे कि फादर पुलिस वाले आ फादर कितने ना कि पिता जिहड़े ने सेवा दे विच लगे ने ते आ जिहड़ा नौजवान है किस तरीके दे नाल इस तरह काम करदे आ थोड़ी जिही शर्म नहीं आती कि असी किस तरीके दे नाल इस तरह करते पे तुहाडे पिता जिहड़े आ सेवा करन विच लगे ते तुसीं इस तरह दे काम करदे हो? चंगा लगदा इस तरह दे काम? गलती हो गई। की करदे? गलती हो गई सर। हुण गलती मन्नण दा कोई फायदा नहीं है क्योंकि हुण पुलिस ने इन्हां नूं काबू कर लिता ते हुण गलती इन्हां कोल मन्नी जा रही है भी असीं गलती मन्नदे आ। पर असी जरूर यह कहांगे कि जिहड़े नौजवान इस तरह दे काम करते हैं वह यह भी सोच के बैठन के पुलिस अधिकारी जिहड़े ने वह हमेशा मौजूद ने ते पुलिस अधिकारी जिहड़े अपनी ड्यूटी पुख्ता तरीके नाल निभांदे पे ने। इस नौजवान का पिता भी जिहड़ा वह भी अपनी ड्यूटी जिहड़ा वा वह खास तरीके नाल निभा रहे ने ते एक पासे पिता ड्यूटी निभा रहे ते दूसरे पासे उस पिता का यह नौजवान बेटा जिहड़ा कि सी आई ए स्टाफ का कह के किसी के घर जाता है, घर जाके तो कहता है कि तुहाडी सिस्टर जिहड़ी आ हीरोइन दे केस दे विच सी आई ए स्टाफ ने फड़ी है ते उहदे भरा नूं असीं चुकण वास्ते आए हां ते जदों भरा दे नाल हत्थों पाई हुंदी जदों सामने देखिया जांदा कि भैण वापस चलदी आ रही है ते भरा कहिंदा है कि मेरी भैण ते सामने तुरी आ रही है ते तुसीं कह रहे जे कि सी आई ए स्टाफ ने उहनूं गिरफ्तार कीता ते इहनां दे विच इहनां नौजवानां वल्लों पिस्तौल कढ लिती जांदी है, हवाई फायर हुंदा ते एक गोली जिहड़ी आ उस लड़की दे लगाई जांदी है ते फिर उत्थों फरार हो जांदे। पर पुलिस दी असीं सराहना योग कहांगे कदम कि पुलिस ने मौके दे उत्ते इन्हां नूं गिरफ्तार एक नूं कर लिता है, बाकियां दी जिहड़ी भाल है वह जारी है ते जल्द तो जल्द पुलिस दा दावा है कि इन्हां सारिआं नूं गिरफ्तार करके जो बनदी कार्रवाई है वह की जाएगी। कैमरामैन दीपक बजाज दे नाल सुखचैन सिंह अमृतसर।